बड़ा मंदभाग है ये पंजाब लई, क्योंकि पंजाब का अद्धा जो कही तो उधर ही वसदा पिया, तो हरेक के किसी ना किसी के रिश्ते है, किसी ने उधरों इधर आना तो इधरों उधर जाना, तो बहुत सारे साढ़े बच्चे है जेडे अगे अपने पढ़ाई करन नूं अगे जाना चाहते है, उसके लिए मुश्किल आनगियां। तो सेंटर गवर्नमेंट नूं यह गुजारिश है भी इनू एक विंडिक्टिव एटीट्यूड नाल ना लैन, अपने राबते कायम करन, जेडे डिप्लोमैटिक रिलेशन ने उन्होंने तहत लोगों लिए चीज़ा आसान किस तरीके हो फार्मूले डिवेलप कर। जिमें जिमें लोगों ने कहना शुरू किया भाई ये सरकार सवाए जुमलिया तो कुछ नहीं, सवाए शोशेबाजी तो और जी तमाशबीनी तो कुछ नहीं करती, वो चीज़ा हूँ उन्होंने अंदर पार्टियां उन्होंने अंदर बैठे एम एल ए दसन लग गए, जिहड़ी गल्लां ओपोजिशन खास तौर पर कांग्रेस पार्टी कहती रही है वो तो मोहर उन्होंने आप की पार्टी से हूँ एम एल ए लगा रहे। सर कुंवर विजय प्रताप की जी फोटो लैके भी सवाल खड़े किए कहते कि ना कि कहते कि जे विड़त से उन्होंने जोड़ा मैं तो कह रहा भी हूँ सारी चीज़ा तो सवाल तो खड़े हो ही गए, ये कला कुंवर विजय प्रताप ही नहीं है, ये तो तुम इशू डेढ़ साल के हारे ही चक सारे ही चक लो, किसी भी इशू सिरे ते चढ़ता तुसी देख नहीं पाओगे, हर जगह दे किते यू टर्न है जां जां कल्ली अनाउंसमेंट ही रह गई, कोई जमीन दे उत्ते किसी दी इंप्लीमेंटेशन नहीं है। सर पंजाब विधानसभा दे विच बड़ी अहमियत तक जिहड़ी पहुंच गई है किदां देखदे हो? सारी चीज़ां माहौल खराब करना पोलिटिकल जिहड़ा माहौल पहला हुंदा सीगा, हरेक अपोजिशन ਤਾਂ ਕੰਮ ਹੁੰਦਾ ਆ ਕੰਮਾਂ ਦੇ ਵਿੱਚੋਂ ਕੋਈ ਨੁਕਸ ਕੱਢਣਾ ਅਤੇ ਜੇ ਕੋਈ ਗਲਤੀ ਆ ਉਹਨੂੰ ਦਰੁਸਤ ਕਰਾਉਣ ਲਈ ਸਰਕਾਰਾਂ 'ਤੇ ਪ੍ਰੈਸ਼ਰ ਕ੍ਰੀਏਟ ਕਰਨਾ, ਪਰ ਅੱਜ ਦੀ ਤਰੀਕ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਬਣ ਗਿਆ ਬਈ ਕੋਈ ਆਪੋਜੀਸ਼ਨ ਦੀ ਆਵਾਜ਼ ਰਹੇ ਨਾ, ਜੇ ਕੋਈ ਬੋਲਦਾ ਤਾਂ ਉਹਨੂੰ ਅੰਦਰ ਕਰ ਦਿਓ, ਥ੍ਰੈਟ ਕਰੋ, ਕੋਈ ਨਾ ਕੋਈ ਤਰੀਕੇ ਉਹਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰੋ, ਜਿਹੜਾ ਜਮਹੂਰੀਅਤ ਲਈ ਬਿਲਕੁਲ ਠੀਕ ਨਹੀਂ ਹੈ। ਬਹੁਤ ਸਾਰੀਆਂ ਗ੍ਰਿਫਤਾਰੀਆਂ ਯਾਰ, ਬਹੁਤ ਛੋਟੀ ਗੱਲ ਕਰਦਾ, ਇੱਕ ਇੱਕ ਨਾਮ ਲੈਣਾ ਪਿਆ, ਜੇ ਤੂੰ ਲਿਸਟ ਹੀ ਲੈ ਲਵੇਂ ਤਾਂ ਇੱਥੇ ਸਾਰਾ ਸਵਾਏ ਸਿਆਸੀ ਦਵੇਸ਼ ਤੋਂ ਇਲਾਵਾ ਹੈ ਹੀ ਕੁਝ ਨਹੀਂ, ਪਿਛਲੇ ਡੇਢ ਸਾਲ 'ਚ ਹੋਇਆ ਹੀ ਕੁਝ ਨਹੀਂ, ਕੋਈ ਕੋਈ ਡਿਵੈਲਪਮੈਂਟ ਦਾ ਕੰਮ, ਕੋਈ ਲੋਕਾਂ ਦੇ ਵਾਸਤੇ ਕੋਈ ਪ੍ਰੋਜੈਕਟ ਅਨਾਊਂਸ ਕੀਤੇ ਹੋਣ, ਲੋਕਾਂ ਨੂੰ ਲਾਅ ਐਂਡ ਆਰਡਰ ਅੱਛਾ ਦਿੱਤਾ ਹੋਵੇ, ਮਾਹੌਲ ਇਹੋ ਜਿਹਾ ਦਿੱਤਾ ਹੋਵੇ, ਕੋਈ ਕਿਸਾਨੀ ਦਾ ਕੰਮ ਹੋਇਆ ਹੋਵੇ, ਕਿਸੇ ਜਵਾਨੀ ਦਾ ਕੰਮ ਹੋਇਆ, ਕੋਈ ਨਸ਼ਿਆਂ ਦੇ ਕੰਮ, ਕੁਛ ਵੀ ਕੰਮ ਨਹੀਂ ਹੈਗੇ। ਇੱਥੇ ਕੋਈ ਐਡਮਿਨਿਸਟ੍ਰੇਸ਼ਨ ਨਾਮ ਦੀ ਚੀਜ਼ ਨਹੀਂ ਹੈ, ਜਿਹੜੇ ਬੰਦੇ ਜਿਹੜੀਆਂ ਬੇਰੁਜ਼ਗਾਰਾਂ ਨੂੰ ਕਹਿੰਦੇ ਸੀਗੇ ਵੀ ਅਸੀਂ ਨੌਕਰੀਆਂ ਦੇਵਾਂਗੇ, ਹੁਣ ਸ਼ੋਸ਼ੇਬਾਜ਼ੀ ਇਹ ਐਡਵਰਟਾਈਜ਼ਮੈਂਟ ਦੇ ਦੁਆਰਾ ਲੋਕਾਂ ਨੂੰ ਜਿਹੜਾ ਭਰਮਾਇਆ ਜਾ ਰਿਹਾ, ਪਰ ਅਸਲੀਅਤ ਅਤੇ ਹਕੀਕਤ ਕੀ ਹੈ ਉਹ ਖੁਦਕੁਸ਼ੀਆਂ ਦੱਸ ਰਹੀ ਹੈ, ਚਾਹੇ ਕੋਈ ਸਹਾਇਕ ਪ੍ਰੋਫੈਸਰ ਹੈ ਉਹਦੇ 'ਤੇ, ਚਾਹੇ ਕਿਸਾਨੀ ਦੇ ਉੱਤੇ ਕਿਸਾਨਾਂ 'ਤੇ, ਚਾਹੇ ਨਸ਼ਿਆਂ ਦੇ ਉੱਤੇ ਹੈ, ਅਤੇ ਰੋਜ਼ ਮੌਤਾਂ ਹੋ ਰਹੀਆਂ, ਪਰ ਇਹ ਆਪਣੇ ਨਸ਼ੇ ਦੇ ਵਿੱਚ ਅੱਜ ਵੀ ਬੈਠੇ, ਆਪਣੀ ਵਾਹਵਾਹੀ ਅਤੇ ਆਪਣੇ ਇਸ਼ਤਿਹਾਰਬਾਜ਼ੀ ਨਾਲ ਹੀ ਆਪਣਾ ਜਿਹੜਾ ਆਪਣੇ ਆਪ ਨੂੰ ਖੁਸ਼ ਕਰਨ ਲਈ ਬਈ ਅਸੀਂ ਬੜੇ ਪਾਪੂਲਰ ਹੋ ਗਏ ਔਰ ਬਹੁਤ ਅੱਛੇ ਇਹੋ ਜਿਹੀ ਸਰਕਾਰ ਆ। ਸਰ ਇੱਕ ਤਰੀਕ ਨੂੰ ਲੈ ਕੇ ਕਿੱਦਾਂ ਦੇਖਦੇ ਹੋ ਕਿ ਜਿਵੇਂ ਜਿਵੇਂ ਇੱਕ ਤਰੀਕ ਨੇੜੇ ਆ ਯਾਰ, ਨੇੜੇ ਆਏਗੀ ਪਤਾ ਲੱਗ ਜਾਏਗਾ।